हेलो एवरीवन, आज अपन स्टार्ट करने जा रहे हैं जी पी एस टेट पेपर 2021 जिस द साइंस क्वेश्चन आज आप सॉल्व करांगे जी। क्वेश्चन नंबर 121 है जी अपने। मैग्नेटिक फील्ड लाइंस ऑलवेज फॉर्म पॉजिटिव चार्ज एंड नेगेटिव चार्ज लाइन। पॉजिटिव चार्ज लाइन एंड नेगेटिव चार्ज लाइन क्या की होंगे जी? अगर आप एक पॉजिटिव चार्ज लीए उसके आउटसाइड जाने वाली लाइन में की कहा जाता है जी? पॉजिटिव चार्ज ਲਾਈਨ ਕਿਹਾ ਜਾਂਦਾ ਜੀ। ਅਗਰ ਨੈਗੇਟਿਵ ਚਾਰਜ ਲਾਈਨ ਦੀ ਗੱਲ ਕਰੀਏ ਤਾਂ ਨੈਗੇਟਿਵ ਚਾਰਜ ਦੇ ਵਿੱਚੋਂ ਇਨਸਾਈਡ ਆਉਣ ਵਾਲੀ ਲਾਈਨ ਨੂੰ ਕੀ ਕਿਹਾ ਜਾਂਦਾ ਜੀ? ਨੈਗੇਟਿਵ ਚਾਰਜ ਲਾਈਨ ਕਿਹਾ ਜਾਂਦਾ ਜੀ। ਦੈਨ ਆਪਸ਼ਨ ਨੰਬਰ ਬੀ ਹੈ ਜੀ ਆਪਣੇ ਟੂ ਐਲੀਮੈਂਟਰੀ ਲੂਪਸ, ਯਾਨੀ ਕਿ ਕਲੋਜ ਸਰਕਲ ਨੂੰ ਕੀ ਕਿਹਾ ਜਾਂਦਾ ਜੀ? ਕਲੋਜ ਸਰਕਟ ਨੂੰ ਕੀ ਕਿਹਾ ਜਾਂਦਾ? ਲੂਪ ਕਿਹਾ ਜਾਂਦਾ ਜੀ। ਦੈਨ ਆਪਣੇ ਲਈ ਇਲੈਕਟ੍ਰਿਕ ਮੋਨੋਪੋਲ, ਇਲੈਕਟ੍ਰਿਕ ਮੋਨੋਪੋਲ ਕੀ ਹੁੰਦੇ ਨੇ ਜੀ? ਸਿੰਗਲ ਸਿੰਗਲ ਚਾਰਜ ਜਿਹੜੇ ਉਹ ਪੋਜ਼ਿਟਿਵ ਚਾਰਜ ਹੈ ਔਰ ਜਿਹੜੀ ਨੈਗੇਟਿਵ ਚਾਰਜ, ਸਿੰਗਲ ਪੋਜ਼ਿਟਿਵ ਚਾਰਜ ਜਾਂ ਸਿੰਗਲ ਨੈਗੇਟਿਵ ਚਾਰਜ ਨੂੰ ਕੀ ਕਿਹਾ ਜਾਂਦਾ ਜੀ? ਮੋਨੋਪੋਲ ਕਿਹਾ ਜਾਂਦਾ ਜੀ। ਕਲੋਜ਼ ਲੂਪ, ਤਾਂ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮੈਗਨੈਟਿਕ ਫੀਲਡ ਲਾਈਨ ਕੀ ਬਣਾਉਂਦੀਆਂ ਨੇ ਜੀ? ਕਲੋਜ਼ ਲੂਪ ਬਣਾਉਂਦੀਆਂ ਨੇ। ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜੂਗੀ। ਕਲੋਜ਼ ਲੂਪ ਕਿਵੇਂ ਬਣਦਾ ਜੀ? ਅਗਰ ਮੈਂ ਇੱਕ ਬਾਹਰ ਮੈਗਨੈਟ ਬਣਾਵਾਂ, ਬਾਹਰ ਮੈਗਨੈਟ ਦੇ ਵਿੱਚ ਅਗਰ ਇਹ ਵਾਲੀ ਨੌਰਥ ਸਾਈਡ ਆ, ਇਹ ਵਾਲੀ ਸਾਊਥ ਸਾਈਡ ਆ, ਤਾਂ ਨੌਰਥ ਸਾਈਡ ਦੇ ਵਿੱਚੋਂ ਨਿਕਲ ਕੇ ਸਾਊਥ ਸਾਈਡ ਦੇ ਵਿੱਚ ਐਂਟਰ ਹੋ ਰਹੀਆਂ ਹੁੰਦੀਆਂ ਨੇ ਜੀ ਮੈਗਨੈਟਿਕ ਫੀਲਡ ਲਾਈਨ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਇਹ ਇੱਕ ਕਲੋਜ਼ ਲੂਪ ਬਣਾਉਂਦੀਆਂ ਨੇ। ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜੂ। ਨੈਕਸਟ ਹੈ ਜੀ ਆਪਣੇ ਲਵੇ, ਦਾ ਨੈਚੁਰਲ ਰਿਸੋਰਸ ਔਨ ਵਿੱਚ ਦੀ ਮੈਨਕਾਇੰਡ ਇਜ਼ ਡਿਪੈਂਡ, ਉਹ ਨੈਚੁਰਲ ਰਿਸੋਰਸ ਜਿਹਦੇ ਉੱਤੇ ਇਨਸਾਨ ਡਿਪੈਂਡ ਕਰਦਾ ਔਰ ਆਰ ਨੋਟ ਪ੍ਰੋਵਾਈਡ ਬਾਈ ਦਿਸ ਸਫੀਅਰ, ਇਹਨਾਂ ਵਿੱਚੋਂ ਕਿਸ ਦੇ ਦੁਆਰਾ ਪ੍ਰੋਵਾਈਡ ਨਹੀਂ ਕੀਤੀ ਜਾਂਦੀ? ਐਟਮੋਸਫੀਅਰ, ਆਪਾਂ ਨੂੰ ਪਤਾ ਗੈਸਿਸ ਪ੍ਰੋਵਾਈਡ ਕਰਦੀਆਂ ਨੇ, ਗੈਸਿਸ ਨੂੰ ਕਿਹਾ ਜਾਂਦਾ, ਔਰ ਹਾਈਡਰੋਸਫੀਅਰ, ਹਾਈਡਰੋਸਫੀਅਰ ਕਿਹਾ ਜਾਂਦਾ ਜੀ ਟੋਟਲ ਵਾਟਰ ਔਨ ਦੀ ਪਲੈਨਟ, ਜਿੰਨਾ ਵਾਟਰ ਉਸ ਨੂੰ ਕੀ ਕਿਹਾ ਜਾਂਦਾ? ਹਾਈਡਰੋਸਫੀਅਰ ਕਿਹਾ ਜਾਂਦਾ। ਬਾਇਓਸਫੀਅਰ ਕਿਸ ਨੂੰ ਕਿਹਾ ਜਾਂਦਾ ਜੀ? ਲਿਵਿੰਗ ਥਿੰਗਸ, ਜਿੰਨੇ ਜਿੱਥੇ ਲਾਈਫ ਐਗਜਿਸਟ ਕਰਦੀ ਉਸ ਨੂੰ ਕਿਹਾ ਜਾਂਦਾ ਬਾਇਓਸਫੀਅਰ। ਆਇਨੋਸਫੀਅਰ ਕਿਹਾ ਜਾਂਦਾ? 80 ਕਿਲੋਮੀਟਰ ਟੂ 100 ਕਿਲੋਮੀਟਰ ਦੀ ਰੇਂਜ ਤੱਕ ਐਟਮੋਸਫੀਅਰ ਨੂੰ ਕੀ ਕਿਹਾ ਜਾਂਦਾ ਜੀ? ਆਇਨੋਸਫੀਅਰ ਕਿਹਾ ਜਾਂਦਾ। ਇਸ ਦੇ ਵਿੱਚ ਹੀ ਕੀ ਹੁੰਦੇ ਨੇ? ਫ੍ਰੀ ਰੇਡੀਕਲ ਚਾਰਜ ਪਾਰਟੀਕਲ ਹੁੰਦੇ ਨੇ, ਫ੍ਰੀ ਚਾਰਜ ਪਾਰਟੀਕਲ ਹੁੰਦੇ ਨੇ। ਚਾਰਜ ਪਾਰਟੀਕਲ ਹੁੰਦੇ ਨੇ ਜੋ ਕਿ ਰੇਡੀਓ ਵੇਵ ਦੇ ਵਿੱਚ ਹੈਲਪ ਕਰਦੇ ਨੇ, ਰੇਡੀਓ ਵੇਵ ਨੂੰ ਚੱਲਣ ਵਾਸਤੇ ਹੈਲਪ ਕਰਦੇ ਨੇ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਡੀ ਕਰੈਕਟ ਹੋ ਜੂਗਾ ਜੀ। ਨੈਕਸਟ ਹੈ ਜੀ ਆਪਣੇ 123, ਲੈਂਡ ਇਜ਼ ਦੀ ਮੋਸਟ ਇੰਪੋਰਟੈਂਟ ਰਿਸੋਰਸ ਫੋਰ ਫੂਡ ਪ੍ਰੋਡਕਸ਼ਨ, ਐਨੀਮਲ ਹਸਬੈਂਡਰੀ, ਹਿਊਮਨ ਸੈਟਲਮੈਂਟ ਔਰ ਆਲ ਦੀ ਅਬਵ। ਇਸ ਦੇ ਵਿੱਚ ਆਪਸ਼ਨ ਨੰਬਰ ਡੀ ਕਰੈਕਟ ਹੋ ਜੂਗਾ ਜੀ। ਸਾਰੀਆਂ ਚੀਜ਼ਾਂ ਵਾਸਤੇ ਹੀ ਲੈਂਡ ਇੰਪੋਰਟੈਂਟ ਹੈ ਜੀ। ਦੈਨ ਆਪਸ਼ਨ ਕੁਸ਼ਚਨ ਨੰਬਰ 124, ਵਿਚ ਆਫ ਦੀ ਫੋਲੋਇੰਗ ਇਜ਼ ਕੰਸੀਡਰ ਐਜ ਦੀ ਐਕੁਐਟਿਕ ਇਕੋਸਿਸਟਮ, ਇਹਨਾਂ ਵਿੱਚੋਂ ਕਿਸ ਨੂੰ ਐਕੁਐਟਿਕ ਇਕੋਸਿਸਟਮ ਮੰਨਿਆ ਜਾਂਦਾ ਜੀ? ਵੈਟਲੈਂਡ ਨੂੰ, ਵੈਟਲੈਂਡ ਜਿੱਥੇ ਹਰ ਤਰ੍ਹਾਂ ਦਾ ਜੀਵਨ, ਮਤਲਬ ਵਾਟਰ ਵੀ ਔਰ ਪਲੈਨਟ ਵਗੈਰਾ ਵੀ ਸਭ ਕੁਛ ਇਕੱਠੇ ਹੁੰਦੇ ਨੇ, ਉਸਨੂੰ ਕੀ ਕਿਹਾ ਜਾਂਦਾ? ਵੈਟਲੈਂਡ, ਵੈਟਲੈਂਡ ਐਕੁਐਟਿਕ ਸਿਸਟਮ ਕਿਹਾ ਜਾਂਦਾ। ਤਾਂ ਆਪਸ਼ਨ ਨੰਬਰ ਏ ਇਸ ਦੇ ਵਿੱਚ ਕਰੈਕਟ ਹੋ ਜੂਗੀ। ਆਈਸਲੈਂਡ ਕਿਸ ਨੂੰ ਕਿਹਾ ਜਾਂਦਾ? ਉਹ ਵਾਲਾ ਜ਼ਮੀਨ ਦਾ ਟੁਕੜਾ ਜੋ ਸਾਰੇ ਪਾਸੇ ਵਾਟਰ ਨਾਲ ਘਿਰਿਆ ਹੋਵੇ, ਉਸਨੂੰ ਕੀ ਕਿਹਾ ਜਾਂਦਾ ਜੀ? ਆਈਸਲੈਂਡ ਕਿਹਾ ਜਾਂਦਾ ਜੀ। ਤਾਂ ਇਸ ਦੇ ਵਿੱਚ ਫੋਰੈਸਟ, ਫੋਰੈਸਟ ਜਿਸ ਦੇ ਵਿੱਚ ਬਹੁਤ ਸਾਰੇ ਟ੍ਰੀਜ਼ ਹੋਣ ਔਰ ਇੱਕ ਵੱਡੇ ਪੱਧਰ ਦੇ ਉੱਤੇ ਟ੍ਰੀਜ਼ ਲੱਗੇ ਹੋਣ, ਉਸਨੂੰ ਕੀ ਕਿਹਾ ਜਾਂਦਾ ਜੀ? ਫੋਰੈਸਟ ਕਿਹਾ ਜਾਂਦਾ ਹੈ। ਔਰ ਮਾਊਂਟੇਨ ਕਿਸ ਨੂੰ ਕਿਹਾ ਜਾਂਦਾ ਜੀ? ਔਰ ਜ਼ਮੀਨ ਦੇ ਉੱਭਰੇ ਹੋਏ ਹਿੱਸੇ ਨੂੰ ਕੀ ਕਿਹਾ ਜਾਂਦਾ? ਮਾਊਂਟੇਨ ਕਿਹਾ ਜਾਂਦਾ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਏ ਕਰੈਕਟ ਹੈ ਜੀ।
wetland. Question number 125. When a current I is flowing and V be the potential difference between the end of the conductor, then the Ohm's law stated. Apan pata ki Ohm's law ki kehnda hunda ji? Ohm's law ki kehnda ya? Ohm's law kehnda ki voltage is always directly proportional to the current. Jinna jyada voltage increase hundi chali jaugi, only jyada current increase hunda chale jaugi. Ta is nu equal karne waste apa ek constant nal multiply karde hunne ha ji. That constant is called R. R is the resistance of the conductor. Resistance of the conductor. Ta is de vich option number B correct ho juga ji. Next hai ji apne liye question number 126. During the lightning in the sky, a strong electric current is generated from the solar terrestrial interaction. Ionosphere or troposphere karke, or ionosphere and mesosphere karke, ionosphere and magnetosphere karke, ya ionosphere and monosphere karke. Is the which option number A correct ho jugi ji? Ionosphere and आइनोस्फीयर की हिंदी है जी एट्टी टू 1000 किलोमीटर तक दे घेरे नू एयर दे घेरे नू की कहा जाता जी आइनोस्फीयर क्या जाता जी दैन इस दे विच केड़े केड़े चीज़ा आ जाते ने मैं ऑप्शन नंबर ए नू एक्सप्लेन करना जी आइनोस्फीयर ionosphere ionosphere ki hundi hai 80 km to 1000 km tak de kiran ki kehnda hai ionosphere kehnda is the and mesosphere and exosphere स्फीयर तो आइनोस्फीयर के विच इन्ना पार्ट आ जाता है दैन ट्रोपोस्फीयर की होंगी है जी ट्रोपोस्फीयर की होंगी है ट्रोपोस्फीयर होंगी है जीरो तो लेके 20 किलोमीटर तक के घेरे की कह जाता जी ट्रोपोस्फीयर कह जाता जी एयर के घेरे ट्रोपोस्फीयर कह जाता अगर यही आप अगर मैं पूरी एक डायग्राम बनाव अगर इस अर्थ मनीए द फर्स्ट 20 किलोमीटर तक नू क्या जाता ट्रोपोस्फीयर उस तो बाद 50 किलोमीटर तक नू क्या जाता जी स्ट्रेटोस्फीयर एट्टी किलोमीटर तक दे किरण क्या जाता जी मेसोस्फीयर देन 700 किलोमीटर तक नु क्या जाता जी थर्मोस्फीयर और 1000 किलोमीटर तक के घेरे नु क्या जाता जी एक्सोस्फीयर तो ये तुम याद रखने ने वैसे भी क्वेश्चन दे विच इस दे रिलेटेड होर क्वेश्चन भी पूछे जा सकते हैं तो इस दे विच ऑप्शन नंबर ए करेक्ट हो जूगी जी नेक्स्ट है जी अपने लिए
क्वेश्चन नंबर 127। अ कंपास नीडल सफरिंग ए डिफ्लेक्शन ऑफ व्हेन अ प्लेस नियर टू अ वायर कैरिंग एन इलेक्ट्रिक करंट, दिस फिनोमिना इज एक्सप्लेन द एविडेंस ऑफ। ਹੁਣ ਪਤਾ ਜਦੋਂ ਆਪਾਂ ਇੱਕ ਕੰਡਕਟਰ, ਅਗਰ ਮੈਂ ਇੱਕ ਕੰਡਕਟਰ ਲਵਾਂ, ਕੰਡਕਟਰ ਕੁਛ ਵੀ ਹੋ ਸਕਦਾ ਜੋ ਇਲੈਕਟ੍ਰਿਸਿਟੀ ਕੰਡਕਟ ਕਰੇ। ਫੋਰ ਐਗਜ਼ਾਮਪਲ ਆਪਾਂ ਇੱਕ ਵਾਇਰ ਲਿੱਤੀ, ਵਾਇਰ ਦੇ ਵਿੱਚ ਜਦੋਂ ਕਰੰਟ ਪਾਸ ਕੀਤਾ ਆਪਾਂ ਨੇ ਆਈ, ਤਾਂ ਆਪਾਂ ਨੂੰ ਪਤਾ ਇਸਦੇ ਅਰਾਊਂਡ ਇੱਕ ਮੈਗਨੈਟਿਕ ਫੀਲਡ ਬਣ ਜੂਗਾ ਜੀ। ਹੁਣ ਜਦੋਂ ਮੈਗਨੈਟਿਕ ਫੀਲਡ ਬਣ ਗਿਆ, ਇਸਦੇ ਨੀਅਰ ਆਪਾਂ ਜਦੋਂ ਵੀ ਇੱਕ ਕੰਪਾਸ ਲੈ ਕੇ ਆਵਾਂਗੇ, ਤਾਂ ਇਸ ਦੇ ਵਿੱਚ ਨੀਡਲ ਦੇ ਵਿੱਚ ਡਿਫਲੈਕਸ਼ਨ ਸ਼ੋ ਹੋਊਗੀ ਡਿਊ ਟੂ ਦੀ ਮੈਗਨੈਟਿਕ ਇਫੈਕਟ ਕਰਕੇ ਜੀ। ਤਾਂ ਇਸ ਦੇ ਵਿੱਚ ਦੇਖਦੇ ਹਾਂ ਆਪਾਂ ਆਪਸ਼ਨ, ਕਨੈਕਸ਼ਨ ਬਿਟਵੀਨ ਦੀ ਕਨੈਟਿਕ ਐਨਰਜੀ ਐਂਡ ਇਲੈਕਟ੍ਰਿਕ ਫਿਨੋਮੀਨਾ, ਨਹੀਂ ਜੀ, ਕਿਉਂਕਿ ਆਪਣੇ ਲਵੇ ਜੋ ਰਿਲੇਸ਼ਨ ਬਣਦਾ ਉਹ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਦਾ ਬਣਦਾ ਜੀ। ਕਨੈਕਸ਼ਨ ਬਿਟਵੀਨ ਦੀ ਬਾਇਓਟਿਕ ਐਂਡ ਨੋਨ ਬਾਇਓਟਿਕ ਫਿਨੋਮੀਨਾ, ਨਹੀਂ ਜੀ। ਕਨੈਕਸ਼ਨ ਬਿਟਵੀਨ ਦੀ ਬਾਇਓਟਿਕ ਐਂਡ ਮੈਗਨੈਟਿਕ ਫੀਲਡ, ਨਹੀਂ ਜੀ। ਕਨੈਕਸ਼ਨ ਬਿਟਵੀਨ ਦੀ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ, ਤਾਂ ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜੂਗੀ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 128। ਆਇਓਡੀਨ ਨੀਡਡ ਫੋਰ ਦੀ ਸਿੰਥੈਸਿਸ ਆਫ ਦੀ ਹਾਰਮੋਨਸ ਇਜ਼ ਕਾਲਡ। ਆਇਓਡੀਨ ਕਿਸਦੇ ਵਾਸਤੇ ਜ਼ਰੂਰੀ ਹੁੰਦੀ ਹੈ ਜੀ? ਆਇਓਡੀਨ ਹੁੰਦੀ ਹੈ ਥਾਇਰੋਕਸਿਨ ਗਲੇਡ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਆਪਾਂ ਨੂੰ ਪਤਾ ਥਾਇਰੋਕਸਿਨ ਗਲੇਡ ਕਿੱਥੇ ਪਿਆ ਹੁੰਦਾ ਜੀ? ਆਪਣੀ ਨੈਕ ਦੇ ਵਿੱਚ, ਉਸ ਤਰ੍ਹਾਂ ਉਰੇ ਰਿਪ੍ਰਜੈਂਟ ਪ੍ਰਜੈਂਟ ਹੁੰਦਾ ਜੀ, ਜੋ ਕਿ ਆਪਣੀ ਗਰੋਥ ਐਂਡ ਡਿਵੈਲਪਮੈਂਟ ਵਿੱਚ ਹੈ। ਨੰਬਰ ਡੀ ਕਰੈਕਟ ਹੋ ਜੂਗਾ ਜੀ। ਨੈਕਸਟ ਹੈ ਜੀ ਕੁਸ਼ਚਨ ਨੰਬਰ 129। ਬਰਡ ਬਗਸ ਇਜ਼ ਸੈਪਰੋਫਾਈਟ ਜਾਂ ਪੈਰਾਸਾਈਟ ਜਾਂ ਇਨਸੈਕਟਿਵ ਜਾਂ ਫਰਗੀਵੋਰਸ। ਸੈਪਰੋਸਾਈਟ ਕਿਹੜੇ ਹੁੰਦੇ ਨੇ? ਉਹ ਵਾਲੇ ਸਾਰੇ ਇਨਸੈਕਟ ਜਿਹੜੇ ਕਿ, ਜਾਂ ਉਹ ਔਰਗੇਨਿਜ਼ਮ ਜਿਹੜੇ ਕਿ ਡੈਡ ਬੋਡੀਜ਼ ਤੋਂ ਆਪਣਾ ਨਿਊਟ੍ਰੀਸ਼ਨ ਲੈਂਦੇ ਨੇ, ਡੈਡ ਬੋਡੀਜ਼ ਤੋਂ ਆਪਣਾ ਨਿਊਟ੍ਰੀਸ਼ਨ ਤਿਆਰ ਕਰਦੇ ਨੇ, ਦੈਟ ਇਜ਼ ਕਾਲਡ ਸੈਪਰੋਫਾਈਟ। ਪੈਰਾਸਾਈਟ ਕੀ ਹੁੰਦੇ ਨੇ? ਉਹ ਵਾਲੇ ਔਰਗੇਨਿਜ਼ਮ ਜਿਹੜੇ ਕਿ ਲਿਵਿੰਗ ਔਰਗੇਨਿਜ਼ਮ ਤੋਂ ਆਪਣਾ ਫੂਡ ਲੈਂਦੇ ਨੇ ਜੀ। ਔਰ ਇਨਸੈਕਟੀਵੋਰ ਉਹ ਵਾਲੇ ਪਲਾਂਟਸ ਜਾਂ ਔਰਗੇਨਿਜ਼ਮ ਹੁੰਦੇ ਨੇ ਜਿਹੜੇ ਇਨਸੈਕਟ ਖਾਂਦੇ ਨੇ। ਫਰੋਗੀਵੋਰਸ ਕਿਹੜੇ ਹੁੰਦੇ ਨੇ? ਉਹ ਵਾਲੇ ਔਰਗੇਨਿਜ਼ਮ ਜਿਹੜੇ ਕਿ ਫੂਡ ਤੋਂ ਆਪਣਾ ਔਰ ਨਿਊਟ੍ਰੀਸ਼ਨ ਲੈਂਦੇ ਨੇ, ਦੈਟ ਇਜ਼ ਫੋਗੀਵੋਰ ਕਿਹਾ ਜਾਂਦਾ। ਤਾਂ ਇਸ ਦੇ ਵਿੱਚ ਬੈਡ ਬਗਸ ਕੀ ਹੁੰਦੇ ਨੇ ਜੀ? ਪੈਰਾਸਾਈਟ ਹੁੰਦੇ ਨੇ ਜੋ ਕਿ ਆਪਣੇ ਹਿਊਮਨ ਬੋਡੀ ਦਾ ਬਲੱਡ ਲੈਂਦੇ ਨੇ ਜੀ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਬੀ ਕਰੈਕਟ ਹੋ ਜੂਗੀ ਜੀ। ਨੈਕਸਟ ਹੈ ਜੀ 130। ਲੋਟਸ ਇਜ਼ ਐਨ ਐਗਜ਼ਾਮਪਲ ਆਫ, ਲੋਟਸ ਕਿਸ ਦੀ ਐਗਜ਼ਾਮਪਲ ਆ? ਹਾਈਡਰੋਫਾਈਟ ਮਤਲਬ ਜਿਹੜੇ ਕਿ ਵਾਟਰ ਦੇ ਵਿੱਚ ਪੈਦਾ ਹੁੰਦੇ ਨੇ। ਤਾਂ ਇਸ ਦੇ ਵਿੱਚ ਆਪਸ਼ਨ ਲੋਟਸ ਜਿਹੜਾ ਵਾਟਰ ਦੇ ਵਿੱਚ ਹੀ ਹੁੰਦਾ, ਤਾਂ ਇਸ ਕਰਕੇ ਆਪਸ਼ਨ ਨੰਬਰ ਏ ਹੀ ਇਸ ਦੇ ਵਿੱਚ ਕਰੈਕਟ ਹੋ ਜੂਗੀ ਜੀ। ਨੈਕਸਟ ਹੈ ਜੀ ਆਪਣੇ ਲਵੇ ਕੁਸ਼ਚਨ ਨੰਬਰ 131। ਪਲਾਸਟਿਕ ਇਜ਼ ਕੰਡਕਟਰ, ਕਨਵੈਕਟਰ, ਇਨਸੂਲੇਟਰ ਔਰ ਕੰਪੈਸਟਰ। ਕੰਡਕਟਰ ਕੀ ਹੁੰਦਾ ਜੀ? ਜਿਹੜਾ ਕਿ ਇਲੈਕਟ੍ਰਿਸਿਟੀ ਜਾਂ ਹੀਟ ਨੂੰ ਕੰਡਕਟ ਕਰਦਾ, ਦੈਟ ਇਜ਼ ਕੰਡਕਟਰ। ਤਾਂ ਆਪਾਂ ਨੂੰ ਪਤਾ ਕਿ ਪਲਾਸਟਿਕ ਤਾਂ ਨਹੀਂ ਕੰਡਕਟ ਕਰਦਾ। ਕਨਵੈਕਟਰ ਕੀ ਹੁੰਦਾ ਜੀ? ਕਨਵੈਕਟਰ ਹੁੰਦਾ ਜੀ, ਕੰਡਕਟਰ ਕੀ ਹੁੰਦਾ ਜੀ? ਜਿਹੜਾ ਕਿ ਹੀਟ ਨੂੰ ਟੂ ਹੀਟ ਐਂਡ ਸਰਕੂਲੇਟ ਦੀ ਏਅਰ, ਜਿਹੜਾ ਕਿ ਹੀਟ ਅਤੇ ਏਅਰ ਨੂੰ ਕੀ ਕਰਦਾ? ਸਰਕੂਲੇਟ ਕਰਦਾ, ਦੈਟ ਇਜ਼ ਕਨਵੈਕਟਰ। ਔਰ ਇਨਸੂਲੇਟਰ ਕੀ ਹੁੰਦਾ? ਜਿਹੜਾ ਕਿ ਹੀਟ ਔਰ ਇਲੈਕਟ੍ਰਿਸਿਟੀ ਨੂੰ ਕੰਡਕਟ ਨਹੀਂ ਕਰ ਪਾਉਂਦਾ। ਇਸ ਦੇ ਵਿੱਚ ਪਲਾਸਟਿਕ ਹੀ ਹੈ ਕਿ ਜੋ ਹੀਟ ਔਰ
ਇਲੈਕਟ੍ਰੀਸਿਟੀ ਨੂੰ ਕੰਡਕਟ ਨਹੀਂ ਕਰਦਾ। ਦੈਟ ਇਜ਼ ਕੰਪੈਸਟਰ। ਕੰਪੈਸਟਰ ਕੀ ਹੁੰਦਾ? ਇਟ ਇਜ਼ ਦੀ ਸਟੋਰੇਜ ਆਫ ਦੀ ਇਲੈਕਟ੍ਰਿਕ ਐਨਰਜੀ। ਤਾਂ ਕੰਪੈਸਟਰ ਕੀ ਕਰਦਾ? ਇਲੈਕਟ੍ਰਿਕ ਐਨਰਜੀ ਨੂੰ ਕੀ ਕਰਦਾ? ਸਟੋਰ ਕਰਦਾ। ਤਾਂ ਆਪਣੇ ਲੈਵੇ ਜਿਹੜੀ ਪਲਾਸਟਿਕ ਇਜ਼ ਕੀ ਹੈ? ਇਨਸੂਲੇਟਰ ਹੈ ਜੀ। ਆਪਸ਼ਨ ਨੰਬਰ ਸੀ ਇਸ ਦੇ ਵਿੱਚ ਕਰੈਕਟ ਹੋ ਜੂਗੀ ਜੀ। ਨੈਕਸਟ ਹੈ ਜੀ 130। ਕੁਐਸਚਨ ਨੰਬਰ 132 ਹੈ ਜੀ ਆਪਣੇ ਲੈਵੇ। ਦਾ ਨੰਬਰ ਆਫ ਸਪੀਸੀਜ਼ ਆਫ ਦੀ ਪਲਾਂਟਸ ਐਂਡ ਐਨੀਮਲਸ ਆਰ ਪ੍ਰੈਜੈਂਟ ਇਨ ਏ ਰੀਜਨ ਕੰਸਟੀਟਿਊਟ ਦਾ ਸਪੀਸੀਜ਼ ਡਾਇਵਰਸਿਟੀ, ਜੈਨੇਟਿਕ ਡਾਇਵਰਸਿਟੀ ਔਰ ਇਕੋਸਿਸਟਮ ਡਾਇਵਰਸਿਟੀ ਜਾਂ ਬਾਇਓਡਾਇਵਰਸਿਟੀ। ਤਾਂ ਇਸ ਦੇ ਵਿੱਚ ਆਪਸ਼ਨ ਨੰਬਰ ਡੀ ਕਰੈਕਟ ਹੋ ਜੂ, ਬਾਇਓਡਾਇਵਰਸਿਟੀ, ਜਿਸ ਦੇ ਵਿੱਚ ਬਹੁਤ ਸਾਰੇ ਪਲਾਂਟਸ ਔਰ ਐਨੀਮਲ ਦੀ ਸਪੀਸੀਜ਼ ਪਾਈਏ ਜਾਣ, ਦੈਟ ਇਜ਼ ਕਾਲਡ ਬਾਇਓਡਾਇਵਰਸਿਟੀ। ਤਾਂ ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜੂਗਾ ਜੀ। ਨੈਕਸਟ ਹੈ ਜੀ 133। ਸਾਊਂਡ ਇਜ਼ ਏ ਮੈਜ਼ਰਡ ਇਨ ਏ ਕਰੰਟ ਇਜ਼ ਕਾਲਡ। ਸਾਊਂਡ ਕਿਹਦੇ ਨਾਲ ਮੈਜ਼ਰ ਕੀਤਾ ਜਾਂਦਾ? ਦੈਟ ਇਜ਼ ਕਾਲਡ ਡੈਸੀਬੈਲ। ਆਪਸ਼ਨ ਨੰਬਰ ਸੀ ਇਸ ਦੇ ਵਿੱਚ ਕਰੈਕਟ ਹੋ ਜੂ। ਡੈਸੀਬੈਲ ਨੂੰ ਅਗਰ ਐਬਰੀਵੇਸ਼ਨ ਦੇ ਵਿੱਚ ਲਿਖਿਆ ਜਾਵੇ ਤਾਂ ਡੀ ਕੈਪੀਟਲ ਬੀ ਦੇ ਵਿੱਚ ਲਿਖਿਆ ਜਾਂਦਾ, ਡੈਸੀਬੈਲ। ਆਪਾਂ ਨੂੰ ਪਤਾ ਵੋਲਟ ਕਿਹਦੇ ਯੂਨਿਟ ਹੁੰਦੀਆਂ ਨੇ ਜੀ? ਵੋਲਟੇਜ ਦੇ ਹੁੰਦੇ ਨੇ, ਐਮਪੇਅਰ ਯੂਨਿਟ ਕਰੰਟ ਦੇ ਹੁੰਦੇ ਨੇ ਔਰ ਵਾਟ ਯੂਨਿਟ ਇਜ਼ ਦੀ ਪਾਵਰ ਆਫ ਇਲੈਕਟ੍ਰੀਸਿਟੀ, ਦੈਟ ਇਜ਼ ਕਾਲਡ ਪਾਵਰ। ਤਾਂ ਕੁਐਸਚਨ ਨੰਬਰ ਹੈਗਾ ਜੀ ਆਪਣੇ ਲਵੇ 134। ਇਨਵਾਇਰਮੈਂਟਲ ਐਥਿਕਸ ਡੀਲ ਵਿਦ ਦ ਇਸ਼ੂਜ਼ ਰਿਲੇਟਡ ਟੂ ਹਾਓ ਵੀ ਹੈਲਪ ਟੂ ਪੋਲੂਟਡ ਰਿਸੋਰਸ, ਹਾਓ ਵੀ ਹੈਲਪ ਟੂ ਮੇਕ ਰਿਸੋਰਸ, ਹਾਓ ਵੀ ਹੈਲਪ ਟੂ ਡਿਸਟਰੋਏ ਰਿਸੋਰਸ, ਹਾਓ ਵੀ ਯੂਟੀਲਾਈਜ਼ ਐਂਡ ਡਿਸਟ੍ਰੀਬਿਊਟ ਦੀ ਰਿਸੋਰਸ। ਇਸ ਦੇ ਵਿੱਚ ਆਪਸ਼ਨ ਨੰਬਰ ਡੀ ਕਰੈਕਟ ਹੋ ਜੂਗੀ। ਆਪਾਂ ਨੂੰ ਇਨਵਾਇਰਮੈਂਟਲ ਐਥਿਕਸ ਇਹੀ ਦੱਸ ਰਹੇ ਕਿ ਕਿਸ ਤਰ੍ਹਾਂ ਚੀਜ਼ਾਂ ਨੂੰ ਯੂਜ਼ ਕੀਤਾ ਜਾਵੇ ਔਰ ਉਸ ਨੂੰ ਕਿਸ ਤਰ੍ਹਾਂ ਚੀਜ਼ਾਂ ਨੂੰ ਡਿਸਟ੍ਰੀਬਿਊਟ ਕੀਤਾ ਜਾਵੇ ਤਾਂ ਕਿ ਉਹ ਸਹੀ ਢੰਗ ਨਾਲ ਯੂਜ਼ ਹੋ ਸਕਣ। ਤਾਂ ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜੂਗਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 135। ਕੁਐਸਚਨ ਨੰਬਰ 135 ਦੇ ਵਿੱਚ ਜੀ ਆਪਣੇ ਲਈ ਫੇਟ ਸੋਲੀਵਲ ਵਿਟਾਮਿਨ ਕਿਹੜੇ ਹੁੰਦੇ ਨੇ? ਤਾਂ ਇਸ ਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਵਿਟਾਮਿਨ ਹੁੰਦੇ, ਇੱਕ ਫੇਟ ਸੋਲੀਵਲ ਹੁੰਦੇ ਨੇ ਜੀ, ਇੱਕ ਹੁੰਦੇ ਨੇ ਫੇਟ ਸੋਲੀਵਲ, ਇੱਕ ਹੁੰਦੇ ਨੇ ਵਾਟਰ ਸੋਲੀਵਲ। ਜਿਹੜੇ ਫੇਟ ਸੋਲੀਵਲ ਹੁੰਦੇ ਨੇ ਉਹ ਹੁੰਦੇ ਨੇ ਏ ਡੀ ਈ ਐਂਡ ਕੇ, ਦੇਟ ਆਰ ਦੀ ਫੇਟ ਸੋਲੀਵਲ ਵਿਟਾਮਿਨ ਹੁੰਦੇ ਨੇ ਔਰ ਦੇ ਐਂਡ ਵਾਟਰ ਸੋਲੀਵਲ ਹੁੰਦੇ ਨੇ ਬੀ ਐਂਡ ਸੀ। ਬੀ ਐਂਡ ਸੀ ਆਰ ਦੀ ਵਾਟਰ ਸੋਲੀਵਲ ਵਿਟਾਮਿਨ। ਤਾਂ ਆਪਸ਼ਨ ਨੰਬਰ ਇਸ ਦੇ ਵਿੱਚ ਜਿਹੜੀ ਹੋਏਗੀ ਜੀ ਫੇਟ ਸੋਲੀਵਲ ਵਾਲੀ ਆਪਸ਼ਨ ਡੀ ਕਰੈਕਟ ਹੋ ਜੂਗੀ ਜੀ, ਵਿਟਾਮਿਨ ਕੇ। ਦੈਨ ਕੁਐਸਚਨ ਨੰਬਰ ਹੈ ਜੀ ਆਪਣੇ ਲਵੇ 136। ਵਿਚ ਮਿਨਰਲ ਇਜ਼ ਰਿਕੁਆਇਰਡ ਫੋਰ ਦੀ ਫੋਰਮੇਸ਼ਨ ਆਫ ਦੀ ਹੋਮੋਗਲੋਬਿਨ ਬਲੱਡ। ਆਪਾਂ ਨੂੰ ਪਤਾ ਕਿ ਆਇਰਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਫੋਰ ਬਲੱਡ ਫੋਰਮੇਸ਼ਨ ਵਾਸਤੇ, ਹੋਮੋਗਲੋਬਿਨ ਬਣਾਉਣ ਵਾਸਤੇ ਤਾਂ ਆਇਰਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕੈਲਸ਼ੀਅਮ ਆਪਾਂ ਨੂੰ ਪਤਾ ਕਿ ਆਪਣੇ ਟੀਥ ਔਰ ਬੋਨਸ ਨੂੰ ਬਣਾਉਣ ਵਾਸਤੇ ਹੈਲਪ ਕਰਦਾ ਹੈ ਔਰ ਫਾਸਫੋਰਸ ਆਪਣੀ ਗਰੋਥ ਨੂੰ ਇਨਕਰੀਜ਼ ਕਰਦਾ ਜੀ, ਗਰੋਥ ਔਰ ਰਿਪੇਅਰ ਵਗੈਰਾ, ਸੈੱਲ ਦੀ ਰਿਪੇਅਰ ਵਗੈਰਾ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਜੀ। ਔਰ ਆਇਓਡੀਨ ਆਪਾਂ ਨੂੰ ਪਤਾ ਕਿ ਥਾਇਰੈਕਸਨ ਗਲੇਡ ਵਾਸਤੇ ਜ਼ਰੂਰੀ, ਥਾਇਰੋਇਨ ਗਲੇਡ ਵਾਸਤੇ ਜ਼ਰੂਰੀ ਹੁੰਦਾ ਜੀ, ਜਿਹੜਾ ਕਿ ਆਪਣੀ ਗਰੋਥ ਔਰ ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦਾ ਜੀ। ਅੱਗੇ ਜੀ ਕੁਐਸਚਨ ਨੰਬਰ 137। ਪੋਰਟਫੋਲੀਓ ਇਜ਼ ਦੀ ਟੂਲ ਟੂ ਮੇਜ਼ਰ। ਪੋਰਟਫੋਲੀਓ ਜਿਹੜਾ ਹੈ ਜੀ ਉਹ ਕਿਸ ਦੇ ਵਾਸਤੇ ਵਰਤਿਆ ਜਾਂਦਾ ਜੀ?
The growth of the plant over the period of the time, the growth of the shrub over a period of time, the growth of the animal over a period of time, the growth of the student. Option number two, the growth of the student over a period of time. The different time that the student the development that is called the growth of the student over a period of time. Option number D is the which correct ho juga ji. Next hai ji apne liye 138. Rating scale is the behavior measure is used to evaluate the personality characteristic of the learner, the intellectual characteristic of the learner, the physical characteristic of the learner, yeah, none of these. That is the which check karenge option number B, the intellectual characteristic of the learner. The option number B is the which correct ho juga ji. क्वेश्चन नंबर 139 है जी अपने लिए. ब्लैक बोर्ड इज ए प्रोजेक्टेड टीचिंग एड. नंबर टू नॉन प्रोजेक्टेड टीचिंग एड. ऑप्शन नंबर सी जी. ऑप्शन नंबर सी जी बोथ ए एंड सी. एंड ऑप्शन नंबर डी है नेदर प्रोजेक्टेड नॉर नॉन प्रोजेक्टेड टीचिंग एड. इस दे विच ऑप्शन नंबर बी करेक्ट है जी, नॉन प्रोजेक्टेड टीचिंग एड. Then question number 140 hai ji apne liye. Psychomotor is domain of learning is associated with knowledge, emotional skill ya imagination. Ta a psychomotor jada test hai ji oh apne liye jide naal jude hoya ji oh hai skill naal jude hoya. Eh dassda ke skill kinni jyada develop ho gayi, yani ke physical movement ho sakdi hai, coordination ho sakda and use of motor skill areas ho sakde ne. ਤਾਂ ਉਸਦੇ ਬਾਰੇ ਦੱਸਦਾ ਜਿਸ ਨੂੰ ਕਿਹਾ ਜਾਂਦਾ ਹੈ ਸਾਈਕੋਮੋਟਰ ਡੋਮੇਨ ਕਿਹਾ ਜਾਂਦਾ ਜੀ. ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਕਰੈਕਟ ਹੋ ਜੂਗੀ ਜੀ. ਨੈਕਸਟ ਹੈ ਜੀ ਕੁਐਸਚਨ ਨੰਬਰ 141 ਕੀ ਹੈ ਜੀ ਆਪਣੇ ਲਈ. ਮਲਿੰਚਿੰਗ ਇਜ ਦ ਪ੍ਰੋਸੈਸ ਆਫ ਪ੍ਰੋਟੈਕਟ ਦ ਸੋਇਲ ਫਰੋਮ ਇਰੋਜ਼ਨ ਬਾਈ ਗਰੋਇੰਗ ਦ ਮੋਰ ਟਰੀਜ ਪ੍ਰਿਪੇਅਰਿੰਗ ਕੌਂਟੋਰ ਸ਼ੇਪ ਸਲੋਪਸ ਵਗੈਰਾ ਬਣਾ ਕੇ ਜੀ, ਜਾਂ ਕਵਰਿੰਗ ਦੀ ਅਪਰ ਲੇਅਰ ਆਫ ਦੀ ਸੋਇਲ ਬਾਈ ਦੀ ਸੇਠੀ ਸ਼ੇਠ ਔਰ ਪ੍ਰੀਪੇਅਰਿੰਗ ਦੀ ਸਪੈਰਲਰ ਯੂਨੀਫਾਰਮ ਸਟ੍ਰਿਪ. ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਸੀ ਕਰੈਕਟ ਹੋਜੂ. ਇਸ ਦੇ ਵਿੱਚ ਕਵਰ ਕੀਤਾ ਜਾਂਦਾ ਆ ਅਪਰ ਲੇਅਰ ਨੂੰ, ਕਿਤੇ ਸੋਇਲ ਦੀ ਅਪਰ ਲੇਅਰ ਨੂੰ ਕੀ ਕਰਿਆ ਜਾਂਦਾ ਕਵਰ ਕਰਿਆ ਜਾਂਦਾ ਕਵਰਿੰਗ upper layer of soil. The option number C is the which correct ho jugi. Next hai question number 142. The aim of the scientific knowledge can be considered to be realized if people identify and predict the scientific fact. Number 2, discriminate and differentiate a scientific fact. Number 3, explain and comprehend scientific fact. Number D, recall and recognize scientific fact. Is the which option number A correct ho jugi, identify and predict the scientific fact. Yani ki us de vich inni jyada samajh aa jave ki oh vigyan de tatthan di pehchan ate bhavikhvani kar sake. Ta option number A is the which correct ho jugi. Next hai question number 143. To satisfy the inner
अर्ज ऑफ द क्यूरियोसिटी द साइंस स्टूडेंट, यानी कि एक साइंस का स्टूडेंट अपने उत्सुकता को दर्शाने वास्ते इन विचों की चीज़ चुनेगा, वो रीडिंग लिटरेचर जहाँ वो पढ़ेगा, मतलब बुक्स वगैरह पढ़ेगा, लिटरेचर वगैरह पढ़ेगा, विजिटिंग द प्लेस ऑफ द एंटरटेनमेंट, एंटरटेनमेंट वाली जगह पर जाएगा, या एक्टिविटी पार्टिसिपेट इन साइंस क्लब करेगा, या कलेक्शन ऑफ कलेक्ट वर्ल्ड वाइड इनफॉर्मेशन करेगा, तो इस एक्टिविटी पार्टिसिपेट करना शुरू कर दूगा, मतलब उसनों उस एक्सपेरीमेंटली अच्छा लगन लग जूगा, दैट इज कॉल्ड एक्टिविटी पार्टिसिपेशन इन द साइंस क्लब, ऑप्शन नंबर सी इस करैक्ट हो जूगा जी। नेक्स्ट है क्वेश्चन नंबर अपने लिए 144। इन आर्टिफिशियल क्लाउड फॉर्मेशन रेनफॉल कैन बी इंक्रीज बाय एडिंग आइस क्रिस्टल ऑफ सिल्वर आयोडीन टू कोल्ड द क्लाउड्स, दिस मेथड इज रेनफॉल इज नोन एज, इस मेथड नू की कहा जाता जी, ट्रांसफॉर्म मोड कह दें, नहीं जी डायनामिक मोड कह, नहीं जी इसको कह दें हाइग्रोस्कोप मोड, ऑप्शन नंबर सी इस दे विच करैक्ट हो जूगी जी। नेक्स्ट है क्वेश्चन नंबर 145। साइंस इज ऑब्जेक्टिव इन नेचर, इट मीन्स दैट बेस्ड ऑन ए फैक्ट एंड थ्योरीज दैट आर टेस्टेबल एंड दी वेरीफाइएबल, बिल्कुल यही सही ऑप्शन नंबर ए इस दे विच करैक्ट हो जूगी, थ्योरीज के उत्ते डिपेंड करता है और जो टेस्ट वगैरह किए ना वो फैक्ट के थ्रू ही की करे जाते हैं जी, टेस्टिफाई करे हुए होंगे ने, जिस करके साइंस के हर एक फैक्ट नू आपां करैक्ट मान लेते हैं जी। दैन ऑप्शन नंबर क्वेश्चन नंबर है जी अपने 146। साइंस इज ए प्रोसैस कवर द method by which the relations are established, cover the method by which contact are established, cover the method by which fact are established, cover the method by which the emotion are established, is which option number C correct ho jugi ji, cover the method by which fact are established, option number C correct ho jugi। देन नेक्स्ट क्वेश्चन है अपने 147। एन एम इज द फोरसीन एंड दैट गिव डायरेक्शन टू एन एक्टिविटी एंड मोटिवेट बिहेवियर, हु सेड दिस, जॉन डेवी या ब्लूम या प्लूटो या अरिस्टोटल ने क्या सी, इसमें क्या सी जॉन डेवी ने, ऑप्शन नंबर ए इस दे विच करैक्ट हो जूगी जी। नेक्स्ट है क्वेश्चन नंबर 148। 148 अपने लिए क्वेश्चन है जी, विद द डेवलपमेंट ऑफ द ह्यूमन सिविलाइजेशन बायोस्फीयर ट्रांसफॉर्म्ड इनटू द ह्यूमन डोमिनेटेड एनवायरनमेंट, दिस इज द टर्म ऑफ बायोस्फीयर, नोस्फीयर, लिथोस्फीयर या मेसोस्फीयर, ए जी नोस्फीयर की डेफिनेशन है जी, विद द डिवेलपमेंट जिस दे विच मतलब डोमिनेटेड रखा गया जी ह्यूमन में जी, with the development of the human civilization and biosphere transform into the human dominated environment, the option number B is the which correct ho jugi ji। Next hai question number 149। on the basis of the nature which is not the natural resource, inorganic resource ho sakde ne ji, mixture resource ho sakde ne, eh bhi मतलब अपने लिए नेचुरल रिसोर्स के आ सकते हैं, नेशनल रिसोर्स नहीं होंगे जी, ऑप्शन नंबर सी ही इस करैक्ट हो जूगी जी। नेक्स्ट है जी क्वेश्चन नंबर 150। वुड इज़
रीन्यूएबल रिसोर्स है, नॉन रीन्यूएबल रिसोर्स है, वाटर रिसोर्स है या नेचुरल रिसोर्स है, इसके विच रीन्यूएबल रिसोर्स है जी, इसमें दोबारा बनाया जा सकता जी, तो दैट इज द रीन्यूएबल रिसोर्स, ऑप्शन नंबर ए इस दे विच करैक्ट हो जूगी। आई होप थोनू पसंद आया होगा, थैंक यू।